ਉਹਨਾਂ ਦੀ ਉਪਮਾ ਉਹਨਾਂ ਦੀ ਵਡਿਆਈ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਭੱਟ ਸਾਹਿਬਾਨ ਜੀ ਨੇ ਬਾਬਾ ਸੱਤਾ ਬਲਵੰਡਾ ਬਲਵੰਡ ਜੀ ਨੇ ਔਰ ਉਸ ਤੋਂ ਇਲਾਵਾ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਗੁਰੂ ਰਾਮਦਾਸ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਦੇ ਵਿੱਚ ਅੰਮ੍ਰਿਤ ਬੋਲ ਆਪਣੀ ਰਸਨਾ ਤੋਂ ਉਚਾਰਨ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਧੰਨ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨ ਨੇ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤ ਤਤਰੀ ਤਰਾਂਤ। ਗੁਰੂ ਨਾਨਕ ਸਾਹਿਬ ਜੀ ਸਮ ਦ੍ਰਿਸ਼ਟੀ ਵਾਲੇ ਨੇ ਜਿਨ੍ਹਾਂ ਨੇ ਨਿੰਦਿਆ ਔਰ ਉਸਤਤ ਨੂੰ ਤਰ ਲਿਆ ਹੈ। ਗੁਰੂ ਅਰਜੁਨ ਸਾਹਿਬ ਉਹਨਾਂ ਦੇ ਅੰਮ੍ਰਿਤ ਬੋਲ ਨੇ ਕਿ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਮਿਲੇ ਦਾਨ ਸੰਤ ਰੇ ਜਿਹੇ ਲਗ ਭਵਜਲ ਤਰਨਾ ਬਿੰਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ਼ ਮਨ ਚਾਉ ਭਗਤ ਇਹ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਸਿਰਫ ਪਹਿਲੀ ਬੇਨਤੀ ਹੈ ਹਜ਼ੂਰ ਦੀ ਸਿਫਤ ਵਿੱਚ ਕਿ ਉਹਨਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਲਈ ਸ਼ਬਦ ਪਾਰ ਬ੍ਰਹਮ ਵਰਤਿਆ। ਗੁਰੂ ਅਰਜੁਨ ਸਾਹਿਬ ਉਹਨਾਂ ਦਾ ਹੀ ਅੰਮ੍ਰਿਤ ਬਚਨ ਅਸੀਂ ਸਾਰੇ ਪੜ੍ਹਨੇ ਹਾਂ ਕਿ ਗਿਆਨ ਧਿਆਨ ਕਿਛ ਕਰਨ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਨੇਕਾਂ ਬਚਨ ਆਪਣੀਆਂ ਵਾਰਾਂ ਵਿੱਚ ਪੌੜੀਆਂ ਦੇ ਰੂਪ ਵਿੱਚ ਉਚਾਰਨ ਕੀਤੇ ਤੇ ਉਹਨਾਂ ਪੌੜੀਆਂ ਦਾ ਪਾਠ ਕੀਰਤਨ ਆਮ ਗੁਰੂ ਕੇ ਕੀਰਤਨੀਏ ਸਿੱਖ ਪੁਰਬ ਵਾਲੇ ਦਿਨਾਂ ਵਿੱਚ ਹਜ਼ੂਰ ਦੇ ਗੁਰਪੁਰਬ ਵਾਲੇ ਦਿਨਾਂ ਵਿੱਚ ਭਾਵਨਾ ਨਾਲ ਕਰਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਮੁਤਲਕ ਹੀ ਹਜ਼ੂਰ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਸ਼ਬਦ ਵਰਤੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਾਂ ਉਹਨਾਂ ਦੇ ਪਵਿੱਤਰ ਬਚਨ ਨੇ ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੈ ਜਵਾਬਾ ਜ਼ਾਹਰ ਪੀਰ ਜਗਤ ਗੁਰ ਬਾਬਾ। ਧੰਨ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਮੈਂ ਜਿਹੜੀ ਆਪ ਜੀ ਦੇ ਸਮਕਸ਼ ਬੇਨਤੀ ਕਰਨੀ ਇਸ ਦੀ ਅਰੰਭਤਾ ਵਿੱਚ ਅਰਜ਼ ਹੈ ਕਿ ਗੁਰੂ ਦੀ ਸਿਫਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਗੁਰੂ ਜੋਤ ਨੇ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਵਿੱਚ ਅਨੇਕਾਂ ਹੋਰ ਵਿਦਵਾਨਾਂ ਨੇ ਵੀ ਸ਼ਬਦ ਜਿਹੜੇ ਨੇ ਆਪਣੀ ਰਚਨਾ ਕਰ ਕਰਕੇ ਹਜ਼ੂਰ ਦੀ ਸਿਫਤ ਵਿੱਚ ਇਹ ਸ਼ਬਦ ਕਹਿ। ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਆਪਾਂ ਜੀ ਸ਼ੁਰੂ ਕਰਨ ਲੱਗੇ ਹਾਂ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਜਪ ਜੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਹੈ ਤੇ ਦੇਖਿਓ ਹਜ਼ੂਰ ਨੇ ਇਕੱਲਾ ਜਪਜੀ ਸਾਹਿਬ ਹੀ ਨਹੀਂ ਆਪਣੀ ਸਾਰੀ ਬਾਣੀ ਦੇ ਅੰਦਰ ਕਿਤੇ ਕੋਈ ਪਰਮਾਤਮਾ ਦੇ ਸੰਬੰਧ ਵਿੱਚ ਹੰਗਤਾ ਭਰਿਆ ਦਾਵਾ ਪੇਸ਼ ਨਹੀਂ ਕੀਤਾ। ਭਾਵਾਂ ਬਾਣੀ ਨੇ ਸਭ ਤੇ ਵੱਡਾ ਸ਼ਬਦ ਵਰਤਿਆ ਪਾਰ ਬ੍ਰਹਮ ਦਾ ਸਾਕਾਰ ਰੂਪ ਕਿਹਾ ਪਰ ਗੁਰੂ ਨਾਨਕ ਸਾਹਿਬ ਜੀ ਦੀ ਨਿਮਰਤਾ ਹਜ਼ੂਰ ਦੇ ਅੰਦਰ ਨੂੰ ਪੜ੍ਹ ਕੇ ਅਸੀਂ ਦੇਖੀਏ ਤੇ ਮੈਂ ਅੱਜ ਤਾਂ ਇਹ ਸ਼ਬਦ ਚੁਣੇ ਨੇ ਕਿਉਂਕਿ ਅਸੀਂ ਕਹਿਣ ਵਾਲੇ ਸੁਣਨ ਵਾਲੇ ਲਿਖਣ ਵਾਲੇ ਸ਼ਬਦ ਜ਼ਰੂਰ ਗੁਰੂ ਨਾਨਕ ਸਾਹਿਬ ਦੇ ਮੁਤਲਕ ਕਹਿ ਦਿੰਦੇ ਹਾਂ ਪਰ ਜਿਹੜੀ ਨਿਰਮਾਣਤਾ ਹਜ਼ੂਰ ਦੇ ਅੰਦਰ ਹੈ ਸੱਚਾਈ ਇਹ ਸਾਡੇ ਨੇੜੇ ਤੇੜੇ ਵੀ ਕਿਤੇ ਫਟਕਦੀ।
ਅਸੀਂ ਸਿਰਫ ਜ਼ਬਾਨੀ ਸ਼ਬਦ ਨਿਮਰਤਾ ਦੇ ਵਰਤਨੇ ਆ ਪਰ ਅੰਦਰੂਨੀ ਤੌਰ ਤੇ ਉਹ ਨਿਮਰਤਾ ਕਿਸੇ ਕਰੋੜਾਂ ਵਿੱਚੋਂ ਇੱਕ ਦੇ ਅੰਦਰ ਹੋਵੇ ਜਿਸ ਉੱਪਰ ਮਾਲਕ ਦੀ ਅੱਤ ਦੀ ਮਿਹਰ ਹੋਵੇ ਨਹੀਂ ਤੇ ਹਰ ਬੰਦਾ ਹੰਕਾਰ ਦੀ ਟੀਸੀ ਉੱਪਰ ਬੈਠਾ ਹੋਇਆ ਇਹ ਸੱਚਾਈ ਹੈ ਸੁਣਨਾ ਵੀ ਬੜਾ ਮੁਸ਼ਕਲ ਹੋਵੇਗਾ ਤੇ ਕਹਿਣਾ ਮੇਰੇ ਲਈ ਮੁਸ਼ਕਲ ਕਿਉਂਕਿ ਜੋ ਮੈਂ ਕਹਿ ਰਿਹਾ ਹੋ ਸਕਦਾ ਮੈਂ ਉਹ ਆਪ ਵੀ ਨਾ ਕਮਾਉਂਦਾ ਹੋਵਾਂ ਪਰ ਸੱਚਾਈ ਤਾਂ ਸੱਚਾਈ ਹੈ ਨਾ ਸੱਚਾਈ ਨੂੰ ਕਹਿੰਦਿਆਂ ਕਿਤੇ ਨਾ ਕਿਤੇ ਮਨ ਨੂੰ ਲੱਜਿਆ ਆ ਜਾਏਗੀ ਕਮਾਉਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਨਿਮਰਤਾ ਦੇਖੋ ਆਓ ਅਸੀਂ ਬਾਣੀ ਵਿੱਚੋਂ ਦੇਖੀਏ ਮੇਰੇ ਸਤਿਗੁਰੂ ਨੇ ਇੰਨੇ ਨਿਮਰਤਾ ਭਰੇ ਸ਼ਬਦ ਵਰਤੇ ਆਪਣੇ ਆਪ ਨੂੰ ਇੱਕ ਗਾਉਣ ਵਾਲਾ ਤਬਲ ਬਾਜ ਕਿਹਾ ਆਪਣੇ ਆਪ ਨੂੰ ਬਾਬਾ ਜੀ ਨੇ ਇੱਕ ਢਾਡੀ ਕਿਹਾ ਆਪਣੇ ਆਪ ਨੂੰ ਹਜ਼ੂਰ ਨੇ ਇੱਕ ਨੀਚ ਕਰਮੀ ਤੱਕ ਸ਼ਬਦ ਵਰਤੇ ਪਰ ਇਹਦਾ ਭਾਵ ਕੀ ਸੀ ਦੇਖੋ ਜਦੋਂ ਕਿਸੇ ਦੇ ਅੰਦਰ ਪਰਮਾਤਮਾ ਦਾ ਤਰਸ ਵਰਤਦਾ ਹੈ ਜਿਸ ਅੰਦਰ ਰੂਹਾਨੀਅਤ ਦੀ ਝਲਕ ਗਿਆਨ ਆਉਂਦਾ ਹੈ ਗੁਰੂ ਨਾਨਕ ਸਾਹਿਬ ਤਾਂ ਗਿਆਨ ਦੇ ਸੋਮੇ ਨੇ ਉਹ ਤਾਂ ਗਿਆਨ ਦੇ ਸੂਰਜ ਨੇ ਸੱਚਾਈ ਹੈ ਕਿ ਜਿਸ ਅੰਦਰੋਂ ਰੂਹਾਨੀਅਤ ਦਾ ਗਿਆਨ ਉਪਜੇਗਾ ਉਹ ਦਿਨ ਬ ਦਿਨ ਨਿਮਰਤਾ ਵੀ ਚਲਾ ਜਾਏਗਾ ਤੇ ਜਿਸ ਅੰਦਰ ਕੇਵਲ ਅੱਖਰਾਂ ਦਾ ਬੋਧ ਹੋਵੇਗਾ ਉਹ ਦਿਨ ਬ ਦਿਨ ਹੰਕਾਰ ਵਾਲੇ ਪਾਸੇ ਤੁਰਿਆ ਜਾਏਗਾ ਜਿਸ ਅੰਦਰ ਮਾਲਕ ਦੇ ਨਾਮ ਦੀ ਕਿਰਪਾ ਹੋਵੇਗੀ ਉਹ ਕਹਿਣ ਲੱਗ ਪਵੇਗਾ ਕਿ ਮੈਂ ਕੁਛ ਨਹੀਂ ਜਾਣਦਾ ਤੇ ਸੱਚਾਈ ਇਹ ਵੀ ਜਿਹੜਾ ਹੰਕਾਰ ਦੇ ਸ਼ਿਖਰ ਤੇ ਬਹਿ ਜਾਏਗਾ ਉਹ ਇੱਕੋ ਗੱਲ ਕਹੇਗਾ ਮੇਰੇ ਤੋਂ ਬਿਨਾਂ ਦੁਨੀਆਂ ਨੂੰ ਹੋਰ ਪਤਾ ਹੀ ਕੋਈ ਨਹੀਂ ਸਭ ਕੁਛ ਮੈਂ ਜਾਣਨਾ ਮੈਂ ਹਜ਼ੂਰ ਦੀ ਬਾਣੀ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੁਛ ਅੰਮ੍ਰਿਤ ਬੋਲ ਲਏ ਨੇ ਪ੍ਰਮਾਣ ਰੂਪ ਵਿੱਚ ਮਹਾਰਾਜ ਜੀ ਦਾ ਇੱਕ ਬਚਨ ਆਉਂਦਾ ਹੈ ਕਿ ਆਪਣੇ ਆਪ ਨੂੰ ਉੱਥੇ ਹਜ਼ੂਰ ਨੇ ਢਾਡੀ ਕਿਹਾ ਤੇ ਢਾਡੀ ਦਾ ਅਰਥ ਹੁੰਦਾ ਸ਼ਿਫਤ ਕਰਨ ਵਾਲਾ ਮਾਲਕ ਦੀਆਂ ਸ਼ਿਫਤਾਂ ਗਾਉਣ ਵਾਲਾ ਮਹਾਰਾਜ ਕਹਿੰਦੇ ਨੇ ਕਿ ਦੇਖੋ ਭਾਈ ਆਪਣੇ ਆਪ ਲਈ ਸ਼ਬਦ ਵਰਦੇ ਨੇ ਕਿ ਮੈਨੂੰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੇ ਮੈਨੂੰ ਇੱਕ ਕਾਰ ਦੇ ਦਿੱਤੀ ਮੇਰੇ ਕੋਲ ਕੋਈ ਕੰਮ ਨਹੀਂ ਸੀ ਮੈਂ ਵਿਕਾਰ ਸਾਂ ਮੈਨੂੰ ਵਿਕਾਰ ਨੂੰ ਢਾਡੀ ਨੂੰ ਇੱਕ ਕਾਰ ਲਾ ਦਿੱਤਾ ਉਹ ਕੰਮ ਇਹ ਦੇ ਦਿੱਤਾ ਕਿ ਦਿਨ ਹੋਵੇ ਰਾਤ ਹੋਵੇ ਸੁਬਾ ਹੋਵੇ ਸ਼ਾਮ ਹੋਵੇ ਤੁਹਾਡੇ ਲਈ ਇੱਕੋ ਕੰਮ ਦਿੱਤਾ ਜਾਂਦਾ ਤੁਸੀਂ ਇਹ ਕਾਰ ਕਰਨੀ ਉਹ ਕਾਰ ਹੈ ਕਿ ਪਰਮਾਤਮਾ ਦੀ ਸਿਫਤ ਸਲਾਹ ਦੀ ਤੁਸੀਂ ਨਾਮ ਦੀ ਕਾਰ ਕਰਨੀ ਹੈ ਨਾਮ ਦਾ ਕੰਮ ਕਰਨਾ ਹੈ ਫਿਰ ਮਾਲਕ ਨੇ ਕਹਿੰਦੇ ਤਰਸ ਖਾਧਾ ਮੇਰੇ ਤੇ ਮੈਨੂੰ ਤਨ ਢੱਕਣ ਵਾਸਤੇ ਜਿਵੇਂ ਕੋਈ ਕਿਸੇ ਦੀ ਸਿਫਤ ਕਰਦਾ ਹੈ ਉਹਨੂੰ ਤਨ ਢੱਕਣ ਨੂੰ ਵਸਤਰ ਦਿੱਤੇ ਜਾਂਦੇ ਨੇ ਮੈਨੂੰ ਅੰਦਰ ਢੱਕਣ ਵਾਸਤੇ ਮਾਲਕ ਨੇ ਆਪਣੀ ਸਿਫਤ ਸਲਾਹ ਸਿਮਰਨ ਦਾ ਕੱਪੜਾ ਦੇ ਦਿੱਤਾ ਜਿਵੇਂ ਅਸੀਂ ਭੋਜਨ ਛਕਨੇ ਆ ਪੇਟ ਦੀ ਸਰੀਰ ਦੀ ਤ੍ਰਿਪਤੀ ਹੁੰਦੀ ਹੈ ਮਾਲਕ ਕਹਿ ਰਹੇ ਨੇ ਕਿ ਸਾਨੂੰ ਪਾਰ ਬ੍ਰਹਮ ਨੇ ਤਰਸ ਕਰਕੇ ਨਾਮ ਦਾ ਅੰਮ੍ਰਿਤ ਭੋਜਨ ਦੇ ਦਿੱਤਾ ਪੱਤ ਦਾ ਕੱਪੜਾ ਦੇ ਦਿੱਤਾ ਨਾਮ ਦਾ ਭੋਜਨ ਦੇ ਦਿੱਤਾ ਸਿਫਤ ਸਲਾਹ ਦਾ ਕੰਮ ਦੇ ਦਿੱਤਾ ਕਹਿੰਦੇ ਜਦੋਂ ਮਾਲਕ ਨੇ ਇਸ ਢਾਡੀ ਤੇ ਇੰਨੀ ਬਖਸ਼ਿਸ਼ ਕੀਤੀ ਬਾਬਾ ਨਾਨਕ ਕਹਿੰਦੇ ਨੇ ਮੈਂ ਉਸ ਬਖਸ਼ਿਸ਼ ਨੂੰ ਲੈ ਕੇ ਪਰਮਾਤਮਾ ਦਾ ਸ਼ਬਦ ਸਾਰਿਆਂ ਨੂੰ ਸੁਣਾਉਣ ਵਾਸਤੇ ਤੁਰਿਆ ਦੇਖੋ ਇਹ ਸ਼ਬਦ ਨਿਮਰਤਾ ਭਰੇ ਕਿ ਖਉ ਢਾਡੀ ਵੇਕਾਰ ਕਾਰ ਹੈ ਲਾਇਆ ਦੇਖੋ ਵੇਕਾਰ ਆਪਣੇ ਆਪ ਲਈ ਸ਼ਬਦ ਵਰਤੇ ਕਿ ਮੈਂ ਢਾਡੀ ਮੈਨੂੰ ਕੋਈ ਕਾਰ ਨਹੀਂ ਕੋਈ ਕੰਮ ਨਹੀਂ ਖਉ ਢਾਡੀ ਵੇਕਾਰ ਕਾਰ ਹੈ ਲਾਇਆ ਰਾਤ ਦਹ ਕੈ ਵਾਰ ਦਿਨ ਹੋਵੇ ਰਾਤ ਹੋਵੇ ਕੋਈ ਤਰੀਕ ਹੋਵੇ ਬਸ ਇੱਕੋ ਕਾਰ ਹੈ ਨਾਮ ਦੀ ਰਾਤ ਦਹ ਕੈ ਵਾਰ ਤੁਰੋਂ ਫੁਰਮਾਇਆ ਮਹਾਰਾਜ ਕਹਿੰਦੇ ਨੇ ਕਿ ਉਸ ਮਾਲਕ ਨੇ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਖਾਇਆ ਮਹਾਰਾਜ ਕਹਿੰਦੇ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨੀ ਸੁਖ ਪਾਇਆ ਢਾਡੀ ਕਰੈ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਮਹਾਰਾਜ ਕਹਿੰਦੇ ਉਹਦੀ ਢਾਡੀ ਬਣ ਕੇ ਏਡੀ ਵੱਡੀ ਨਿਮਰਤਾ ਕਿ ਮੈਂ ਤਾਂ ਪਰਮਾਤਮਾ ਦੀ ਸਿਫਤ ਕਰਨ ਵਾਲਾ ਇੱਕ ਗਵਈਆ ਵਾਂ ਇਸ ਤੋਂ ਅੱਗੇ ਦੇਖੋ ਆਸਾ ਕੀ ਵਾਰ ਅਸੀਂ ਰੋਜ਼ ਦਰਬਾਰ ਸਾਹਿਬ ਤੋਂ ਤਕਰੀਬਨ ਪ੍ਰਦੇਸ਼ ਵਿੱਚ ਬੈਠੇ ਵੀ ਸੰਗਤ ਸੁਣਦੀ ਮਹਾਰਾਜ ਜੀ ਦਾ ਬਚਨ ਹਉ ਢਾਡੀ ਕਾ ਨੀਚ ਜ਼ਾਤ
इन्नी निर्माणता धन गुरु नानक साहब शायद किसी होर पीर पैगंबर अवतार के हिस्से नहीं आई। यही कारण कि जो गुरु अंगद साहब के दरबार विच जोगियां दी जमात पहुंचती है ते उन्हां हजूर नूं कई प्रश्न भी किए ते एक उन्हां शब्द कहा सी महाराज जी नूं धन गुरु अंगद साहब जी नूं कि जो कोई तुसी मंगोगे साढ़े कोल है, जो मंगोगे तुहाडी झोली च पा दो। उन्हां हजूर लई शब्द वरत्या। महाराज जी ने कहा जोगी राज गुरु नानक साहब दे घर विच किसी चीज का तोटा नहीं ते पार ब्रह्म तो बिना किसी अगे झोली असी अड्डदे भी नहीं, किसी चीज की लोड़ नहीं। उत्थे उन्होंने एक बेनती बेनती रूप किया, कह लगे महाराज आप बेमुथाज हो बेपरवाह हो, पर असी बचन कर चुके हैं, कुछ ना कुछ साडे कोलो जरूर लवो। ते देखो महाराज जी ने मंगिया की, कह लगे जे कुछ देन की समर्था है परमात्मा दे घर विचों जां तुहाडी कोई कमाई है ते किरपा करो साडी झोली विच पार ब्रह्म दे करो गरीबी दी दात पवा दे, निम्रता पवा दे। सारे चुप। महाराज जी ने कहा तुसी कहिंदे सी असीं बचन करने आ कि जो कुछ कहा सी पूरा करने आ, सानूं निम्रता। ते अगो कहिंदे ने जोगियां दे शब्द सन कि तपा जी गुरु अंगद साहिब ले कि महाराज बाबे नानक दे घर दा खजाना निम्रता दाता केवल इन्हां तुहाडे घर विच है, ते जो खजाना गुरु नानक साहिब दे घर दा है ये किसे कोल होर नहीं, परमात्मा दे घर विचों गरीबी दा खजाना तां बाबा नानक लुट के लाया आ। हुण जे अन मत वाले गल कह रहे ने, क्योंकि अज लाजमी है अज दे समय विच वर्तमान समय विच खास करके साडे अंदर दी कहंगता है कि मैं किसे नूं चुका दिया। चेते रखियो जेड़ा बंदा सारी जिंदगी किसे नूं चुकांदा यतन करदा है कई वारी रब इहो जिहा चुका दिंदा उहदा थां टिकाणे कोई नहीं बचदा। महाराज जी ने कहा भाई देखो झुकण दी जांच बंदा सुखे सिखे, मैं सिर्फ बेनती करनी आउणा सपौड़ी ते वे तां मन चाहिया सी भूमिका रूप विच बाबा जी ने किते दावा नहीं कीता। इन्नी निम्रता कि अपने आप नूं खौं ढाडी का नीच जात शब्द वरतने इत्थे बस नहीं। महाराज जी दा एक बचन है तिलंग राग दा पहला शब्द इहदियां अखीरलियां तुकां ने, बद बखत हमचू बखील गाफिल बे नजर बेबाक। कहिंदे मेरे तो वड्डा बद नसीबा कोई नहीं, मेरे तो वड्डा चूल खोर कोई नहीं, मेरे तो वड्डा निंदक कोई नहीं, मेरे तो वड्डा नीच कर्मी कोई नहीं। बद बखत हमचू बखील गाफिल बे नजर बेबाक, नानक बगोयत जन तुरा तेरे चाकरा पा खाक। महाराज जी दे बचन हजूर ने निम्रता भरे इन्ने शब्द कहे, उस निम्रता दे पुंज रूहानियत दे भंडारे रूहानियत दे तेज प्रताप सूरज धन गुरु नानक साहब उन्होंने जगत जलंदे दे भरे भले लई अपनी रसना तो अमृत बाणी उचारण कीती। 19 रागां विच गुरु नानक साहब जी दे शब्द ने, पर कुछ बाणी बाबा जी दी ऐसी है कि जिस दे उपर कोई राग दी बंदिश नहीं, उस विच शलोक वारां ते वधीक ते खास करके जपजी साहब दी पवित्र बाणी गुरमुखो इस उपर राग दी कोई पाबंदी नहीं। कल्ला राग ही नहीं, जपजी साहब दी बाणी विच नानक पद तां जरूर आउंदा है, पर महाराज जी ने जपजी साहब दी बाणी दे विच महला शब्द की भी वरतों नहीं की। आप सारे सूझवान, यदा मतलब यह नहीं कि दूजी बाणी तो कुछ वखरेव आप कर रहे हैं, नहीं। हजूर ने जप साहब की बाणी जिसनों आप जप जी साहब कहने, देखो सानू सब न चेते होनी सब तो औखे अर्थ करने कथा विचार करनी जप जी साहब की बाणी की है। पुरातन महापुरख कल बाबा जी भी इतने कह रहे सन, एक ओंकार नूं बीज मंत्र कहिंदे सन, उस तो अगे मूल मंत्र कहिंदे सन, वाहिगुरु गुर मंत्र कहिंदे ने, ते जपजी साहिब दी बाणी लई महापुरख माला मंत्र शब्द वी वरदे सन।
मैं तर्ज कर रहा कि इस पवित्र बाणी नू पढ़ो। सब तो वड्डी इहदे च विलखणता इह कि गुरु नानक साहिब पार ब्रह्म परमेश्वर की सिफत करी जा रहे ने सारी बाणी च, पर सिफत करन तो बाद इको दम नन्ना शब्द वरते ने। सब तो वध नन्ना शब्द महाराज जी ने मेरे ख्याल अनुसार दावा नहीं जपजी साहिब दी बाणी विच वरते हैं। सब कुछ कह के इको दम कहते ने नहीं मालका जो कुछ मैं कह ए हकीकत विच अंत नहीं तू इस तो भी अगे है तेनू बयान नहीं किया जा सकता। देखो थोड़े जैसी जपजी साहिब चो प्रमाण ले लई कि नन्ना शब्द महाराज जी ने सब तो वध वरते हैं। असी पढ़ने हैं हजूर दी अमृत बाणी ते जदों पहली पौड़ी संपूर्ण हुंदी पौना 78वीं पौड़ी दी विचार असी शुरू करनी कह लड़ी, पर अज आरंभ विच एक बेनती सी जपजी साहिब दे मुतल्लक। पहली पौड़ी संपूर्ण हुई ते प्रश्न चिन्ह दे नाल कि किव सचियारा होई है किव कूड़ा तुट्टै पाल, अर्थ स्पष्ट ने कि सचियार किवें अंदरों होईए ते साडे ते परमात्मा दे दरमियान जिहड़ी कूड़ दी पाल पाल दा अर्थ करांगे कंध जिहड़ा पर्दा है वह किवें टुट सकदा है, किव सचियारा होईए किव कूड़ा तुट्टै पाल। ते महाराज कहन लगे हुकम रजाई चलना नानक लिखिया ना। सिर्फ नन्ने शब्द वल ध्यान दिया जे मैं मुकम्मल नहीं सिर्फ विचो विचो एडा वड्डा निम्रता दा सिद्धांत जपजी साहिब दी बाणी विच कोई दावा ही नहीं। महाराज जी ने दूजी पौड़ी शुरू कर दिया क्या भाई हुकम रजाई चलना ता है पहली पौड़ी विच चल के कूड़ दी पाल टुटेगी। चेते रखियो हर चीज उहदे हुकम विच है हुक्मी खोवण आकार। ते अगे बचन की किया कहन लगे हुक्म ना कहा जाई हर चीज ओदे हुक्म विचे पर नाल ही नन्ना पा दिता नहीं हर चीज तेरे हुक्म विचे पर मालका तेरे हुक्म नू मुकम्मल तौर ते क्या नहीं जा सकता। नन्ना शब्द सिर नहीं किया जा सकता निम्रता। असी इसे बाणी नू पढ़दे हां जदों पंजवीं पौड़ी ते आउने हां ते महाराज जी ने शब्द वरते है कि थापिया ना जाए नन्ना नहीं थापिया जा सकता वाहेगुरु जी नू कीता ना होए ओ किसे दा बनाया होया नहीं ओ किसे दा कीता होया नहीं मूर्ति दी तरह ओनू कोई स्थापन नहीं कर सकता। ते जिवें आपा बंदे बनाने आ लाने आ पदवियां देने आ पार ब्रह्म परमेश्वर किसे दा मुताज नहीं ना ओनू कोई थाप सकदा ते ना ओदी कोई पदवी खो सकदा। थापिया ना जाए कीता ना होए फिर ऐसे पौड़ी दे अखीर च जाओ ऐसी कमाल दिखे। मैं ताए शब्द चुने ने के विद्वान सज्जन चर्चा करने वाले सज्जन किते टेक के जपजी साहिब दी बाणी दा पाठ करन मेरा नहीं ख्याल के रूहानियत दी गल कर दिया कोई झगड़ा करे। जे जपजी साहिब दी ध्यान नाल पढ़ लईए विचार लई महाराज जी ने कहा जे खौ जाना फिर नन्ना शब्द आउणा जे मैं जान लवां समझ लवां मैनू अंदर दी सोझी पै जाए हाल के उहालों पार ब्रह्म दा साकार रूप ने जे खाओ जाना आखां ना ही किने मैं कह नहीं सकांगा। क्यों जी महाराज कहिंदे ने उहनू बयान नहीं कीता जा सकदा क्या नहीं जा सकदा जे खाओ जाना आखां ना ही कहना कथन ना जाई गुरा इक दे बुझाई सबना जियां का इक दाता सो मैं विसर ना जाई जान भी लवा ते फिर मैं कह नहीं सका। इतने शब्द देखो नन्ना वरत्या इस तो अगे चलने जो पंच परवान वाली पौड़ी आउंदी है असंख जप वाली पौड़ी आउंदी है असंख मूर्ख अंध घोर वाली पौड़ी आउंदी है असंख नाव असंख थां वाली पौड़ी आउंदी है। एक जबान विच कहिंदे ने मालक कुदरत कवन कहां विचार इथे कुदरत दा अर्थ शक्ति ताकत मेरी की ताकत मैं तेरे बारे कुछ कह सका इन्ने जपी ने इन्ने तपी ने इन्ने निंदक ते जीवन तो गिरे हुए ने मेरे मालका तेरी रची कोई इस सृष्टि विच मेरे कुल समर्था नहीं
मुकम्मल तौर ते मैं कुछ कह सका, कुदरत कवन कहा विचार वारिया ना जावा एक बार, जो तुझ पावे साई भलीकार तू सदा सलामत निरंकार। नहीं कह सकता तेरे बारे, जानने तो बाद भी कह रहे ने नहीं जान सकता, पर इत्थे तां उल्टी खेड है। भाई वीर सिंह उन्हां दा एक बचन मैनूं याद आ गया, उन्होंने चार सत्रह कविता दियां ने, वह कहिंदे ने अज हाल इह वे कुछ जाणिया आखिया जान लिता, चार अखर पढ़ लै ते कह दिता मैं सब कुछ जान ले। खिमा करियो, बाणी कंठ होनी, बाणी पढ़नी बड़ी चंगी गल है, पर कंठ पढ़न तो बाद जे कह दिए मैनू कंठ इन्नी हो गई उन्हें मैं जान लिया, नहीं प्यारियो जानिया नहीं जा सकता उहदी किरपा तो बिना। जिसनू तू जाना है सोई जन जाने, जिहदे उत्ते तेरी किरपा होवे ते उह जान ले। भाई साहब कहिंदे ने चार अखर पढ़ लै, बस चार बंदियां च प्रभाव पै गया ते नाल कह दिता मैं सब कुछ जान लिया। किछ जानिया आख्या जान लिता, कुछ नाम भी अपना बना लिता। इहदा मतलब लोकां नूं अगे प्रचार हो गया, नाम बन गया। ध्यान उस दे विच ना रती रहा जिहदी गल करने पैओ कदी ध्यान च ही नहीं आया। कदी देखियो इस नुकते नूं, सिर्फ बारीकी नाल पकड़न वाला है। जबान वाहगुरु कह रही है पर जिहनूं कह रही है ध्यान विच है ही। फिर समझियो, बेनती है, जबान राम कह रही है पर जिन्हों कह रही है कोल है ही नहीं, क्योंकि जिस दा आपा ना ले रहे हैं सच्चाई है वे ना लेन दे बावजूद भी गैर हाजिर बंदा रहिंदा है। जबान नाम लेंदी है ते जिदा नाम लेंदी है जेल विच है ही नहीं। जबान ते वाहगुरु है ते ध्यान विच दुकान है। मसीत विच जबान ते नमाज दे शब्द ने पर ध्यान विच सुई कोई विशेरी घोड़ी सुई हुई। ध्यान विच नवाब दे काबल विच घोड़े खरीद दिया। प्यारियो जबान कुछ कहिंदी पई है, ध्यान कुछ कहिंदा पिया है। बंदे दे अंदर दा संतुलन इन्ना बिगड़ चुका है कि जबान सारी जिंदगी वाहगुरु वाहगुरु कहिंदी है, ध्यान सारी जिंदगी माया कहिंदा। ध्यान च नहीं, जबान कुछ ते ध्यान कुछ। बस आ नुकता पकड़न वाला सिमरन विच खास करके कुट के पकड़न वाला कि जो जबान कहिंदी उह ध्यान विच होवे, क्योंकि जो ध्यान विच है वह जबान विच नहीं, जो जबान विच उह ध्यान विच नहीं। महाराज जी दे बचन देखो, दे अर्थ करन तो पहला कह लगे भाई साहब ने लिखे है, कुछ जानिया आख्या जान लिता, कुछ नाम भी अपना बना लिता, ध्यान उस दे विच ना रती रहा आले भुल दे विच टिका दिता। जदों बहस होवे इको कथा करनी, जो चार बंदे कठे हुए ते सच्चाई ये वे कि जेड़ा बंदा अंदरों भर जांदा भरिया होया भांडा वह कदी बुलाया भी छेती नहीं बोलता। खाली बंदा इंतजार करता जो पढ़ के आया दस बंदियां नूं दस्या ना ते मैनूं चैन नहीं आउंदा, उहदे अंदर टिका नहीं। वह लिखते ने कि जदों कथा होवे जदों बहस होवे इको कथा करनी, उदो ज्ञान दा ढोल बजा दिता, इस ज्ञान नालो अज्ञान चंगा लगातार जे ध्यान लगा दिता। कहिंदे ने इहो जे ज्ञान दीआं गल्लां नालो तां अंदर दा ध्यान उत्तम है, घट्टो घट परमात्मा दी याद वी तां कोई जुड़िया है। सिर मेरी बेनती सी कि गुरु साहिब ने जपजी साहिब दी बाणी विच नांवाचक शब्द बहुत वरते, पर वह नैगेटिव नहीं, उस नांवाचक शब्द विच निमरता ते उस नामवाचक शब्द के अंदर गुरु जी ने सब कुछ कह भी दिता। शब्द कह रहे सां कि कुदरत कवन कहां विचार वारिया ना जावा एक बार। उस तो अगे असी पढ़ने विचों विचों शब्द मैं लए ने कुछ। जदों सृष्टि रचना की गल की उदों महाराज जी ने फिर यह शब्द नन्ना वरत्या, कह लगे वेल ना पाइया पंडती जे होवै लेख पुराण, वक्त ना पायो कादियां जे लिखन ले कुरान, थित वार ना जोगी जाने रुत माहना कोई, जा करता सृष्टि को साजे आपे जाने सोई फिर नन्ना। उस तो अगे महाराज जी दे बचन सा लाहे सलोन जो परमात्मा दी सिफत सलाह कर, पर प्यारे चेते रखी एती सुरत ना पाईया, सुरत दर ते सोची
इतनी समझ नहीं पाएगी, इतना ज्ञान नहीं आएगा कि मैं सिमत सलाह कर करके उदा अंत पा लिया महाराज, क्यों कि आखिर उदा था पाया नहीं जा सकता सिमत नाल। कह लगे नदियां ते नाले पानी नाल भर के चलते ने, पर जो समुद्र विच मिल जान, कदी किसी नदी ने वापस आके दसिया लोगो कि मैं तुहानु दस रही हां समुद्र नू मिल के आई हां, समुद्र किन्ना कु डूंगा है। मिले कोई अभेद नहीं पर दस नहीं सकते। सालाखी सालाखे इति सुरत ना पाईया, नदियां अतै वाह पवै समुंद ना जानिए। महाराज इथे प्रकरण फिर अगे वख हो जांदा है, इह पौड़ी है इक्को ही पर अगला जिहड़ा अर्थ है वह जपण वाले नाल जुड़ जांदा है। समुंदर विच पै कोई नदियां नाले पानी दे मिल सकते ने पर था नहीं पा सकते। महाराज जी ने यही शब्द फिर अगे वरते, अंत ना शिवती कह ना अंत, अंत ना करने दे ना अंत, अंत ना वेखण सुन ना अंत, अंत ना जापै क्या मन मंत परमात्मा तेरे ते मंत्र दे किसे नू पता नहीं। इत्थे असी मौसम छपते दा दस सकने हां पर चेते रखियो रब दे मंत्र नू कोई पहला नहीं दस सकदा। हो सकदा सराक चंगे पले सारी दुनिया सुती होवे, सवेरे खेड़ वरताए ते सारिआं नू खत्म कर सकदा। ओदा मन मंत जिहड़े अंदर दा भेद है ना, एडा पीड़ा है रब दी खेड़, ओ मन मंत नहीं किसे नू देंदा। अंदर दा मंत्र हरन भरन जाका नेत्र फोर तिशका मंत्र ना जाने, होर किसे नू अंदर दा मंत्र दस दे। पर आपा सिर्फ नन्ना शब्द देखो अंत दी गल करदे आ, कहन लगे नहीं मालिक तेरा अंत नहीं पाया जा सकदा। उस तो अगे पढ़ने महाराज जिन क्या बहुता कर्म लिखिया ना जाए, वाहिगुरु की जिहड़ी बख्शिश है ओनू कोई लिख नहीं सकता। जो अमुल वाली गल की उस पौड़ी विच अखीर ते इतों तक गल मुका दिती के केते आख आखण पाए केते कह कह उठ उठ जाए, इते कीते होर करे ता आख न सके कही के परमात्मा जिन्ने अज तक जिन्ने धर्मां विच ऋषि मुनि धर्मात्मा पीर पैगंबर हो चुके ने, जे इन्हें होर पैदा कर दे सारे इको जबान कहणगे नहीं परमात्मा दा था नहीं पाया जा सकता। भाई गुरसिखो जिस हजूर ने जपजी साहब जी दी इस अमृत बाणी विच ध्यान नाल कदी पाठ करिए जे आपां ते सुबह कदी देखियो, वार वार महाराज नन्ना शब्द वरतनगे नहीं तेरा अंत नहीं, तेरी सिफत दा अंत नहीं, तेरे करने दा अंत नहीं, तेरे गाउण वालिया दा अंत नहीं, तेरी इस बनाई कोई सारी खेड़ दा अंत कोई नहीं। सारी बाणी विच महाराज इको शब्द नहीं क्या जा सकता। अखीर जदो सैंतवी पौड़ी संपूर्ण कीती सचे पातशाह जी नूं पुछया, महाराज आप पार ब्रह्म का रूप हो, सच खंड नूं बयान कर रहे हो। कल प्रेमी साहब ने भी जिक्र किया, देखो पांच खंड ने पर पांच खंडां दा संबंध बोधक तल नाल बिल्कुल नहीं हैगा। जे असीं बोधक तल नाल अर्थ करांगे ते अखरी अर्थ जरूर होणगे, पर पांच खंड तां ओ अंदर दी अवस्था ने जिथे पहुंचदिया पहुंचदिया बाबा जी ने अखीर ते गल मुका दित्ती सी, भाई हुण साडे वर्गा उस दा सचखंड दी साखी पूरी सुना दिंदा। सच्चाई इह वे उत्थे फुल खिड़े ने जी, उत्थे सोने दे पहाड़ ने जी, उत्थे मीह पैंदा पिया जी, उत्थे आंख झुंदा पिया, ते लोकी ध्यान नाल सुनी भी जांदे। उह बाहर दे दृश्य दसी जांदे आ, बाबा जी ने कहा है सब कुछ, पर सच्चाई इह वे बयानण वालिया ते खास करके सिख जो सच खंड की व्याख्या करता है ना, उन्होंने एक गल कदी नहीं भूलनी चाहिए, जिस दे संबंध विच बाबा जी कह रहे ने कि उसनू बयान करना इस तरह जिमें जबान नाल सरिये नू लोहे नू चबाना है, जे दंदा नाल लोहा नहीं चबाया जा सकता ते जबान नाल सच खंड भी बयान नहीं किया जा सकता। देखो एडी वड्डी निम्रता, दावा नहीं मैं सिर्फ शुरुआत यह की है कि हजूर ने जपजी साहब की बाणी च किते दावा नहीं बनिया, सिफतां करी गए। ते सच्चाई है जिहड़ा बंदा जिंदगी दे किसे खेतर विच भी दावे पेश करदा है वह बंदा अंदरों सुड़ना सड़ना शुरू हो जाता है, जिहड़ा दावा नहीं पेश करदा उहदे सामने इंद्र वर्गी पदवी भी चरणा विच रुल जांदी है। सतगुरु का वचन है कि कबीर दावे दज नूं होत है,
दावा करने वाला, कब्जा करने वाला, मैं करके खंगता ने मैं जानना, महाराज किन्नरों अंदरों सड़ जाते। कबीर दावा दाजन होत है, निर्दावै रह निशंक, जो जन निर्दावै रह सो गने इंदर सो रंग। जिहड़ा दावा नहीं करता, एक गल जनम साखियां विच लिखी बड़ी प्यारी, लिखते ने जोगी मिलते ने धन गुरु नानक साहब जी नूं, ते सब तो वद जोगियां ने जिहड़ा संवाद रचाया महाराज जी नूं सिर्फ तीन रागां च बयान कीता, एक आसा, दूजा सूही, ते तीसरा रामकली। क्योंकि रामकली राग विच सिद्ध गोष्ठ है, आसा राग जोगियां नूं मुखातब करके शब्द ने, ते खास करके सूही तीन शब्दां तीन रागां विच महाराज जी ने यह पवित्र बाणी जोगियां नाल संबंधित संवाद नूं दर्ज कीता। पर जदों किते जोगी सिमरन की गल करदे आ, नाम की गल करदे आ, ओह अपनी कमाई की गल करदे ने, ते बाबा जी हाथ जोड़ के कहिंदे ने नहीं भाई असीं तां कुछ नहीं जाणदे, जिन्ना कु वाहिगुरु जाणदा बस ओह कुछ कहिंदे पए। एड्डी वड्डी निम्रता, असीं रोज़ आ शब्द पढ़ने आ, ते सच्चाई इह सुत्तियां पढ़ी जा रहे, मैनूं बख्श दिओ मैं इह विच शामिल हाँ, सुत्तियां पढ़ी जा रहे हैं। जिहड़े जागदे ने जाग के सिमरन करने, जागदर थां नहीं वी बह के, सारी जिंदगी सुत्तियां लंघ गई है, सुत्तियां बाणी पढ़ी गए, पर जिहड़े जाग के बाणी पढ़न लग पए, सच्चाई इह वे उह रात नूं सुत्तियां होया वी जे बड़ा के शब्द बोलन, उह वी जागदियां तों उच्चा है। आ सुती निकल गया, बस सुतिया ही ना, एक ओंकार शुरू किया, पानी का मग उत्ते पाया, केती छुट्टी नाल, फिर बंदा पिछो ध्यान नाल वेखदा सारियां पौड़ियां पढ़ लिया ने ना, सुती निकल गया। इसे तरह देखो, ताई ता रोज बाणी पढ़न के बावजूद अंदर क्यों नहीं घर पी करती, क्योंकि जिहड़ा शब्द पढ़िया जा रहा वह ध्यान नहीं उहदे दित्ता जा रहा, उहदे पूर्ण ध्यान नहीं। हजूर सच्चे पातशाह जी ने, असी रोज एक बचन पढ़ने, ना हो जति सती नहीं पढ़िया, आ तीन गल लोग प्रचारते हैं ना, ये बड़ा जत सदा कैम है, ब्रह्मचारी संत है, सती दूजा कहने वर्गा दानी कोई नहीं, ते तीजा जिन्हों चोखा माण मिलता बड़ा पढ़ाकू है, विद्वान है। महाराज कहते मेरा कोई दावा नहीं, ना मैं जति खां, ना मैं सती दानी खां, ना पढ़िया वा, कि कह लगे साडा जन्म तो मूर्खां वाला है। हुण इह जदों शब्द बाबा जी ने पढ़ी दे ना, सच्ची है वे असी कथा करन वाले अर्था कर जाने हां, पर महाराज दे सामने चेहरा नहीं हो सकता। बाबा सुथरा शाह रोज आउंदे सन, आसा दीवार सुन्नी, एक दिन उन्होंने पिट करके बह गए, चलो उदो तो बर्दाश्त कर लिया, अच होंगे तो वाहू छना बड़े चिर का सुथरे शाह सिचाई वो बेचारों के नेड़े भटकन देना सी, हाँ तो पौड़ियां नहीं चढ़न देना सिचाई, मैं कह रहा इन्ने संकीर्ण हो गए रह रब का ना, उन्हें जी पिट कर ली। वेखी गए सारे भी यदा काम ही नवी है, एक नवी रागी ये कोई ना कोई। महाराज जी के सामने जो क्या कलगी, सच्चे पातशाह सारी संगत सन्मुख बैठ के बाणी सुनती है, इन्हें पिट की, उन्हें गल के कहिंदा महाराज मैं इस करके की, मेरे तो इन्निया चपेड़ा नहीं खादिया जांदिया। क्या चपेड़ा? कह लगा हाँ महाराज, जो कोई तुसी बाणी च कहिंदे हो सच्चाई है वे, मैं एकांत विच बैठा होवां उदो पता लगता मेरा जीवन कित्थे खलोता, चपेड़ा नहीं खादिया जांदिया। महाराज जी ने कहा भाई ये भी सानू उपदेश देन वास्ते करदा पे, कि देखो असी रोज बाणी पढ़ने हैं बचन, मैं सिर्फ एक दो दो चार तुकां होर लिया ने, निम्रता बाबा जी दी, दावा नहीं। कह लगे ना हो जति सती नहीं पढ़िया, मूर्ख मुगदा जन्म भया, पर इको कृपा करी मालका, परणवत नानक तिन की शरणा, जिन तू ना ही विसरिया। निम्रता, तेरा नाम निवै रह निवलाए, नानक तिन दर भीख्या पाए। इन्नी निम्रता, जात कुलीन सेवक जे होए, ताका कहना कहो ना कोए, जे उच्ची कुल च पैदा होके सिमरन करदा क्या बात, कह लगे विच सनाती सेवक होए,
नानक पनिया पहरे सोए ते जेड़ा विचारा दुनिया दे तके भी खाए ते परमात्मा दी बंदगी करदा है। महाराज कहिंदे ने उहदे चरणां च पाण वाला जोड़ा साडी चमड़ी दा बना लिया जाए। सिर्फ इक्को बेनती सी कि निम्रता जपजी साहिब दी पवित्र ओ बाणी सारी ध्यान नाल जे पढ़ांगे ते सचमुच हर पौड़ी विच तकरीबन सतगुरु जी इक्को गल कहणगे, भाई निम्रता दा पल्ला ना छड्डी। उस परमात्मा दे बारे मुकम्मल कुछ बयान नहीं हो सकता। शब्द सी जोगियां ने बहुत कुछ किया, अखीर ते जदो ना क्या ना कि सिद्ध बोलन शुभ बचन धन नानक तेरी वड्डी कमाई। उन्हां कहा जी क्यों किया वड्डी कमाई, उन्हां दे शब्द सन कहिंदे ने वेखो दुहाई राम की, कहिंदा ना बाबा नानक जपदा दावा करदा है, ना तपदा दावा करदा है, ना गुणा दा दावा करदा है, ना विद्या दा दावा करदा है, ना आचरण दा दावा करदा है। ਇਹ ਤਾਂ ਜ਼ਮੀਨ ਦੇ ਉੱਤੇ ਵਿਸ਼ੀ ਕੋਈ ਮਿੱਟੀ ਦੀ ਤਰ੍ਹਾਂ ਨਿਮਰਤਾ ਵਿੱਚ ਨੇ। ਤੇ ਕਹਿੰਦੇ ਨੇ ਬਾਬੇ ਹੱਸ ਕੇ ਕਿਹਾ, ਜਿਹੜੇ ਉੱਚੇ ਚੜ੍ਹਦੇ ਨੇ ਡਿੱਗਣ ਦਾ ਖਤਰਾ ਉਹਨਾਂ ਨੂੰ ਰਹਿੰਦਾ ਹੈ, ਤੇ ਜਿਹੜੇ ਪਹਿਲੇ ਜ਼ਮੀਨ ਤੇ ਬੈਠੇ ਨੇ ਉਹਨਾਂ ਕਿੱਥੇ ਡਿੱਗ ਜਾਣਾ। ਚੜ੍ਹੇ ਨੂੰ ਤਾਂ ਡਰ ਹੈ ਨਾ, ਜਹਾਜ਼ ਤੇ ਚੜ੍ਹੇ ਨੂੰ ਡਰ ਹੈ ਡਿੱਗਣਾ, ਭਾਵਾਂ ਜਿਹੜਾ ਥੱਲੇ ਤੁਰਿਆ ਜਾਂਦਾ ਉਹਨੂੰ ਕੀ ਡਰ ਹੈ। ਮਹਾਰਾਜ ਜੀ ਨੇ ਬਾਣੀ 'ਚ ਕਿਹਾ, ਦੇਖੋ ਭਾਈ ਕਿ ਸੱਚਖੰਡ ਤੋਂ ਬਾਅਦ ਜਦੋਂ ਇਹ ਸ਼ਬਦ ਆ ਗਿਆ ਕਰਮਖੰਡ ਤੇ ਸੱਚਖੰਡ ਇੱਕੋ ਪੌੜੀ। ਪੰਜ ਖੰਡ ਨੇ, ਧਰਮ ਖੰਡ, ਗਿਆਨ ਖੰਡ ਤੇ ਸ਼ਰਮ ਖੰਡ, ਇਹਨਾਂ ਦੀ ਇੱਕ ਇੱਕ ਪੌੜੀ ਹੈ ਤਿੰਨਾਂ ਦੀ। ਪਰ ਕਰਮ ਖੰਡ ਤੇ ਸੱਚ ਖੰਡ ਦੋਨੋਂ ਖੰਡ ਇੱਕ ਪੌੜੀ 'ਚ ਨੇ, ਇਹ ਕਿਉਂ? ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ, ਇਹ ਕਿਉਂ ਦਾ ਤਰਕ ਨਹੀਂ। ਇਉਂ ਮਨ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਇਹ ਜੇ ਵਿਥਾਂ ਨੇ ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ ਵਿਥ ਹੈ, ਤੇ ਜਿਹੜਾ ਕਰਮ ਖੰਡ ਵਿੱਚ ਪਹੁੰਚਿਆ ਉਹਦੀ ਪੌੜੀ ਸੱਚ ਖੰਡ ਦੀ ਕੋਈ ਦੂਜੀ ਨਹੀਂ। ਕਰਮ ਖੰਡ ਵਿੱਚ ਪਹੁੰਚੇ ਹੋਏ ਦਾ ਪਤਾ ਹੀ ਨਹੀਂ ਲੱਗਦਾ ਕਿ ਇੱਕੋ ਦਮ ਸੱਚ ਖੰਡ ਕਦੋਂ ਆ ਗਿਆ। ਹੁਣ ਕਰਮ ਖੰਡ ਦੀ ਪੌੜੀ ਪੜ੍ਹਦੇ ਪਤਾ ਲੱਗਣਾ ਸੱਚ ਖੰਡ ਕਦੋਂ ਆ ਗਿਆ। ਅਸੀਂ ਪੜ੍ਹੀਏ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥਾ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਕੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੇ ਭਗਤ ਵਸੈ ਕੇ ਲੋ। ਇੱਕੋ ਦਮ ਸੱਚਖੰਡ ਸ਼ੁਰੂ ਹੋ ਗਿਆ। ਦੇਖੋ ਇੱਥੋਂ ਸ਼ੁਰੂ ਹੁੰਦਾ ਹੈ, ਤਿੱਥੇ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਨਾਲ ਹੀ ਕਹਿੰਦੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ। ਤੇ ਬਾਬਾ ਜੀ ਕਹਿੰਦੇ ਬਸ ਇੱਥੇ ਗੱਲ ਮੁਕਾ ਦੇ, ਨਾਨਕ ਕਥਨਾ ਕਰੜਾ ਸਾਰ, ਸਾਰ ਦਾ ਅਰਥ ਹੁੰਦਾ ਲੋਹਾ। ਇਸੇ ਸਾਰ ਤੋਂ ਸ਼ਬਦ ਅਸੀਂ ਸਰੀਆ ਵਰਤਨੇ, ਲੋਹਾ ਹੈ ਚਬਾਣਾ। ਪਿਆਰਿਓ ਜਪਜੀ ਸਾਹਿਬ ਸਭ ਤੋਂ ਵੱਧ ਟੀਕੇ ਜਪਜੀ ਸਾਹਿਬ ਦੇ ਕੀਤੇ ਗਏ, ਸੈਂਕੜਿਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਵਿਆਖਿਆ ਜਪਜੀ ਸਾਹਿਬ ਦੀ ਕੀਤੀ ਹੈ। ਇੱਥੋਂ ਤੱਕ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਦ ਆਪ ਜਪਜੀ ਸਾਹਿਬ ਦੀ ਵਿਆਖਿਆ ਕਸ਼ਮੀਰ ਵੱਲ ਜਾਂਦਿਆਂ ਕੀਤੀ, ਤੇ ਜਿਸ ਦਿਨ ਕਥਾ ਸੰਪੂਰਨ ਹੋਈ ਸਿੱਖਾਂ ਨੂੰ ਕਿਹਾ, ਭਾਈ ਜਪਜੀ ਦੇ ਅਰਥ ਤੁਸੀਂ ਸੁਣੇ ਨੇ ਪਰ ਇਹਦੇ ਚ ਦਾਵਾ ਨਹੀਂ, ਇਹਦੇ ਅਰਥਾਂ ਨੂੰ ਬਾਬਾ ਜਾਣੇ ਜਿਹਨੇ ਜਪਜੀ ਉਚਾਰਨ ਕੀਤਾ। ਫਿਰ ਆਪਾਂ ਕਿਸ ਭਾਗ ਦੀ ਮੂਲੀ? ਮੈਂ ਆਪਣੇ ਲਈ ਵਰਤ ਰਿਹਾ ਸ਼ਬਦ। ਮਹਾਰਾਜ ਜੀ ਨੇ ਕਿਹਾ, ਬਹੁਤ ਸ਼੍ਰੀਮੁਖ ਬਚਨ ਬਖਾਨੋ ਅਰਥ ਯਾਹੇ ਗੁਰੂ ਨਾਨਕ ਜਾਨੋ, ਇਹਦੇ ਅਰਥ ਤਾਂ ਬਾਬਾ ਜਾਣੇ। ਪਰ ਮੇਰੀ ਇੱਕ ਬੇਨਤੀ ਹੈ, ਜਪਜੀ ਸਾਹਿਬ ਦੀ ਬਾਣੀ ਮਹਾਂਪੁਰਖ ਅਭਿਆਸੀਆਂ ਨੇ ਇਹਦਾ ਅਭਿਆਸ ਕੀਤਾ, ਸੈਂਕੜੇ ਸੈਂਕੜੇ ਪਾਠ ਕਰਦੇ ਰਹੇ 24 ਘੰਟਿਆਂ ਵਿੱਚ। ਸੰਤ ਬਾਬਾ ਅਤਰ ਸਿੰਘ ਜੀ ਮਸਤੂਵਣ ਵਾਲੇ, ਹੁਣ ਆਪਾਂ ਇਹ ਕਹਾਂਗੇ ਵੀ ਗਿਣਤੀ ਮਿਣਤੀ 'ਚ, ਗੱਲ ਗਿਣਤੀ ਮਿਣਤੀ ਦੀ ਨਹੀਂ। ਚੇਤੇ ਰੱਖਿਓ ਚੱਲਣ ਵਾਸਤੇ ਬਹੁਤ ਕੁਝ ਬੰਦੇ ਨੂੰ ਯਤਨ ਕਰਨੇ ਪੈਂਦੇ। ਰਾਤ ਪੱਥਰ ਗਿਣ ਕੇ ਰੱਖਦੇ ਸਨ ਗੋਦਾਵਰੀ ਦੇ ਕੰਢੇ, ਤੇ ਜਿਉਂ ਜਿਉਂ ਪਾਠ ਹੋਈ ਜਾਣਾ ਇੱਕ ਇੱਕ ਪੱਥਰ ਵੀ ਸੱਟੀ ਜਾਣਾ। ਜਪਜੀ ਸਾਹਿਬ ਦੀ ਬਾਣੀ ਕਦੀ ਸੁਰਤ ਨਾਲ ਕੋਈ ਬੰਦਾ ਕਰਕੇ ਦੇਖੇ, ਇੱਕ ਹੈ ਬੋਲ ਕੇ, ਹਾਲਾਂਕਿ ਇਹਦਾ ਸਰਲੇਖ ਜਪ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ ਨੇ ਜਪ ਦੇ,
कि बाणी दा नाम जप। डॉक्टर मनमोहन सिंह उन्हां ने अर्थ कीते ने जप दा अर्थ इहदा जाप कर, इहदा सिमरन कर। फरीदकोटिया वाले टीका जिहड़ा उस च वी लिखिया है कि इहदा जप कर, इहदा सिमरन कर, क्योंकि साडी शुरुआत रूहानियत दी जप तो होनी है। जप तो बिना गल नहीं बनी। ते जपण दा संबंध साडी जबान दे नाल है। तीन तरह का जप मन्या गया। एक जप है वाचक, दूजा है उपांशु, ते तीसरा है मानसिक। वाचक जप उहनूं कहिंदे ने जिथे आदमी बोल के सिमरन करे, जिवें संगत भी सिमरन हुंदा है, साजा नाल सिमरन करने आ। उपांशु जप दा अर्थ है कि जदों बोल बंद हो जाए, सिर्फ गले विचों आवाज ते थोड़े थोड़े बुल खिलदे दिसन, ਉਹ ਜਪ ਹੈ ਉਪਾਂਸ਼ੁ। ਤੇ ਮਾਨਸਿਕ ਜਪ ਦਾ ਅਰਥ ਹੈ ਜਦੋਂ ਬੰਦਾ ਜਪਦਾ ਹੋਵੇ ਨਾਲ ਦੇ ਬੈਠੇ ਨੂੰ ਪਤਾ ਨਾ ਲੱਗੇ ਵੀ ਅੰਦਰ ਕੀ ਖੇਡ ਚੱਲਦੀ ਪਈ। ਮਹਾਰਾਜ ਨੇ ਤਿੰਨਾਂ ਦਾ ਜ਼ਿਕਰ ਬਾਣੀ 'ਚ ਕੀਤਾ, ਵੱਖ ਵੱਖ ਅਵਸਥਾਵਾਂ ਦੇ ਰੂਪ ਵਿੱਚ। ਜਪ ਕਦੀ ਸੁਰਤ ਨਾਲ ਕਰਕੇ ਦੇਖੀਏ, ਕਿਉਂਕਿ ਅੱਖਰ ਦੇਖ ਕੇ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਅੱਖਾਂ ਨੂੰ ਸੰਗਤ ਮਿਲ ਰਹੀ ਹੈ ਅੱਖਰਾਂ ਦੀ, ਪਰ ਜਦੋਂ ਅੱਖਰ ਵੀ ਸਾਹਮਣੇ ਅੱਖਾਂ ਦੇ ਨਾ ਹੋਣ ਤੇ ਸੁਰਤ ਨਾਲ ਕਰਕੇ ਦੇਖਾਂਗੇ, ਇੱਕ ਤੁੱਕ ਕਿਤੇ ਅੱਗੇ ਪਿੱਛੇ ਹੋ ਗਈ ਉਹ ਤੀ ਸੁਰਤ ਰੁਕ ਜਾਏ, ਕਿਉਂਕਿ ਸੁਰਤ ਇਕਾਗਰਤਾ ਨਾਲ ਸੰਬੰਧਿਤ ਹੈ। ਜਪਜੀ ਸਾਹਿਬ ਦੀ ਪਵਿੱਤਰ ਬਾਣੀ ਜਦੋਂ ਕੋਈ ਆਪਣੀ ਜ਼ਿੰਦਗੀ ਵਿੱਚ ਢਾਲ ਲੈਂਦਾ, ਮੈਂ ਸਮਾਪਤੀ ਕਰਾਂ, ਵਕਤ ਹੋ ਗਿਆ, ਇਸੇ ਲੜੀ ਨੂੰ ਅੱਗੇ ਤੋਰਾਂਗੇ ਕੱਲ ਨੂੰ। ਜਪਜੀ ਦਾ ਸਰਲੇਖ ਸਿਰਫ ਜਪ ਹੈ, ਬਾਣੀ ਜਦੋਂ ਸ਼ੁਰੂ ਹੁੰਦੀ ਹੈ, ਪਰ ਅਸੀਂ ਜਪ ਜੀ ਸਾਹਿਬ ਕਹਿੰਦੇ ਹਾਂ। ਤੇ ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਵਿੱਚ ਇਸ ਬਾਣੀ ਦਾ ਤਤਕਰੇ ਵਿੱਚ ਨਾਮ ਹੈ ਜਪ ਨਿਸ਼ਾਨ। ਇਹ ਲਿਖਿਆ ਜਪ ਨਿਸ਼ਾਨ। ਨਿਸ਼ਾਨ ਦਾ ਅਰਥ ਹੁੰਦਾ ਝੰਡਾ, ਧੁਜਾ। ਨਿਸ਼ਾਨ ਦਾ ਅਰਥ ਹੁੰਦਾ ਸਾਈਨ ਕਰਨੇ। ਨਿਸ਼ਾਨ ਦਾ ਅਰਥ ਹੁੰਦਾ ਕਿਸੇ ਨੂੰ ਦਾਗਣਾ, ਨਿਸ਼ਾਨੀ ਲਾਣੀ। ਤੇ ਨਿਸ਼ਾਨ ਦਾ ਇਸ ਤੋਂ ਚੌਥਾ ਅਰਥ ਹੈ ਪਰਵਾਨਾ ਜਾਂ ਰਾਹਦਾਰੀ। ਸਿਰਫ ਇੱਕੋ ਬੇਨਤੀ, ਜੇ ਨਿਸ਼ਾਨ ਦੇ ਅਰਥ ਧੁਜਾ ਕਰਾਂਗੇ ਤੇ ਇਹ ਵੀ ਅਰਥ ਬੜੇ ਢੁਕਦੇ ਨੇ ਕਿ ਸਭ ਤੋਂ ਸਰਵੋਤਮ, ਸਭ ਤੋਂ ਪਹਿਲਾਂ ਜਪਜੀ ਸਾਹਿਬ, ਪਰ ਇਹਦੇ ਅਰਥ ਨਿਸ਼ਾਨ ਦੇ ਰਾਹਦਾਰੀ ਤੇ ਬੜੇ ਸੌਖੇ। ਜਿਸ ਬੰਦੇ ਕੋਲ ਖਰੀਦੀ ਹੋਈ ਚੀਜ਼ ਦੇ ਕਾਗਜ਼ ਕੋਲ ਰਾਹਦਾਰੀ ਹੋਵੇ, ਉਹਦਾ ਰਸਤਾ ਕੋਈ ਨਹੀਂ ਰੋਕਦਾ, ਉਹਨੂੰ ਹਾਕਮ ਵੀ ਨਹੀਂ ਰੋਕਦੇ ਹੁੰਦੇ। ਜਿਸ ਕੋਲ ਦੁਨੀਆਂ ਦੀ ਚੀਜ਼ ਦੀ ਰਾਹਦਾਰੀ ਹੈ, ਉਹਦਾ ਦੁਨੀਆਂ ਵਿੱਚ ਰਾਹ ਕੋਈ ਨਹੀਂ ਰੋਕਦਾ, ਤੇ ਜਿਹਦੇ ਕੋਲ ਬਾਬੇ ਨਾਨਕ ਦੇ ਜਪ ਦੀ ਰਾਹਦਾਰੀ, ਉਹਨੂੰ ਦਰਗਾਹ ਵਿੱਚ ਕੋਈ ਨਹੀਂ ਰੋਕਦਾ। ਬਸ ਇਸ ਰਾਹਦਾਰੀ ਨੂੰ ਅਸੀਂ 38ਵੀਂ ਪੌੜੀ ਚੁਣੀ ਹੈ। ਸੱਤ ਉਹਦੇ ਗੁਣ ਨੇ, ਤੇ ਪਿਆਰਿਓ ਸੱਤ ਗੁਣ ਗੁਰੂ ਦਰਸ਼ ਕਰੇ ਕਿਹੜੇ ਕਿਹੜੇ ਨੇ, ਕੱਲ੍ਹ ਨੂੰ ਆਪਾਂ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ।